ਕੁੜੀ ਦੀ ਤੇ ਰੱਖਦੀਆਂ ਸਾਗ ਬਾਬਲਾ ਤੇਰੀ ਪੱਗ ਨੂੰ ਕਦੇ ਨਾ ਨਾਮ ਦਾਗ ਬਾਬਲਾ ਮਤਲਬ ਇਹ ਵੀ ਕਿੰਨਾ ਸੱਚ ਹੈ ਨਾ ਕਿ ਮੰਮੀ ਦੇ ਕਹਿਣ ਤੇ ਜਾਂ ਕਿਸੇ ਦੇ ਕਹਿਣ ਤੇ ਸ਼ਾਦੀ ਕਰ ਲਈ ਹੈ ਨਾ ਚਲੋ ਗੋਡ ਬਲੈਸ ਯੂ ਹਾਂਜੀ ਨੈਕਸਟ ਹੈ ਲੜਕੀ ਨਿਵਿਆ ਔਰਤਾਂ ਨੂੰ ਮਤਲਬ ਹਰ ਪੱਖ 'ਤੇ
ਅੱਗੇ ਵਧਣ ਦਾ ਮੌਕਾ ਮਿਲੇ ਜਾਂ ਆਪਣੇ ਪੰਜਾਬੀ ਕਲਚਰ ਨੂੰ ਅੱਗੇ ਵਧਾਉਣ ਲਈ ਤੁਸੀਂ ਮਤਲਬ ਆਪਣੇ ਵੱਲੋਂ ਕੀ ਉਪਰਾਲੇ ਕਰੋਗੇ? ਜਿੰਨਾ ਪੰਜਾਬੀ ਬੋਲਾਂਗੇ ਓਨਾ ਹੀ ਅੱਗੋਂ ਬੱਚਿਆਂ ਨੂੰ ਵੀ ਦੱਸਾਂਗੇ, ਕਲਚਰ ਦਾ ਦੱਸਾਂਗੇ ਔਰ ਸਭ ਨੂੰ ਬਸ ਨੋਰਮਲ। ਥੈਂਕ ਯੂ। ਆਪ ਇਤਨੇ ਨਰਵਸ ਕਿਉਂ ਹੋ? ਬਹੁਤ ਬਹੁਤ ਨੋਰਮਲ ਹੋ ਕੇ ਆਪ ਬਹੁਤ ਆਰਾਮ ਸੇ ਬਾਤ ਕਰ ਸਕਤੇ ਹੋ, ਕਿਉਂਕਿ ਸਭ ਬਹੁਤ ਨੋਰਮਲੀ ਕੁਐਸਚਨ ਪੁੱਛ ਰਹੇ ਹੈ, ਬਹੁਤ ਈਜ਼ੀਲੀ। ਜੈਸੇ ਅਭੀ ਆਪਨੇ ਇਤਨਾ ਅੱਛਾ ਰੈਪ ਵਾਕ ਕੀਆ, ਇਤਨੇ ਸੁੰਦਰ ਬਨ ਕੇ ਆਏ ਹੋ, ਯੂ ਆਰ ਲੁਕਿੰਗ ਵੈਰੀ ਬਿਊਟੀਫੁਲ, ਵੈਰੀ ਬਿਊਟੀਫੁਲ। ਫਿਰ ਮਤਲਬ ਅਭੀ ਮਤਲਬ ਬਾਤ ਕਰਨੇ ਮੇਂ ਕਿਆ ਪ੍ਰੋਬਲਮ ਆ ਰਹੀ ਹੈ, ਕਿਉਂ ਇਤਨਾ ਨਰਵਸ ਕਿਉਂ? ਐਕਚੁਅਲੀ ਮੈਂ ਫਰਸਟ ਟਾਈਮ। ਅੱਛਾ ਠੀਕ ਹੈ, ਫਰਸਟ ਟਾਈਮ ਹੈ, ਇਤਨਾ ਨਰਵਸ ਆਪ ਬੋਲ ਸਕਤੇ ਹੋ ਜੋ ਆਪਕੇ ਮਨ ਮੇਂ ਹੈ। ਅਗਰ ਆਪ ਬੋਲੋਗੇ ਨਹੀਂ ਤੋ ਹਮੇਂ ਸਮਝ ਕੈਸੇ ਆਏਗਾ ਕਿ ਆਪ ਯਹਾਂ ਪੇ ਕਿਉਂ ਹੋ? प्रीतिमा ਸਾਂਭ ਰਹੀ ਹੈ ਤੇ ਆਪਣੇ ਬੱਚਿਆਂ ਨੂੰ ਵੀ ਸਾਂਭ ਰਹੀ ਹੈ। ਧੰਨਵਾਦ।
ਪੰਜਾਬੀ ਕਲਚਰ ਹਾਂ ਮੈਡਮ ਮੈਨੂੰ ਪੰਜਾਬੀ ਕਲਚਰ ਬਹੁਤ ਅੱਛਾ ਲੱਗਦਾ ਹੈ ਬੇਸਿਕਲੀ ਆਈ ਐਮ ਫ੍ਰੋਮ ਹਿਮਾਚਲ ਬਟ ਫਿਰ ਵੀ ਮਤਲਬ ਮੈਨੂੰ ਬਹੁਤ ਥੋੜ੍ਹਾ ਬਹੁਤ ਜਿੰਨਾ ਮਤਲਬ ਦੇਖਦੀ ਹਾਂ ਜਾਂ ਸੁਣਦੀ ਹਾਂ ਉਨਾ ਮੈਨੂੰ ਨੌਲੇਜ ਹੈ ਕਿੰਨੇ ਸਾਲ ਹੋ ਗਏ ਤੁਹਾਡੀ ਮੈਰਿਜ ਨੂੰ 12 ਸਾਲ ਹੋ ਗਏ 12 ਸਾਲ ਕਿਹੜੀ ਜਗ੍ਹਾ ਨੇ ਤੁਹਾਡੇ ਇਨ ਲੋਸ ਇਨ ਲੋਸ ਮੈਮ ਚੰਡੀ ਕਰੋੜ ਲੁਧਿਆਣਾ ਬੇਸਿਕਲੀ ਮਤਲਬ ਪੰਜਾਬ ਚ ਹੈ ਲੋ ਯਾ ਓਕੇ ਮੈਂ ਪੰਜਾਬੀ ਦੇ ਰਿਲੇਟਡ ਹੀ ਕੁਐਸਚਨ ਪੁੱਛਣਾ ਚਾਹੂੰਗੀ ਤੁਹਾਨੂੰ ਪਤਾ ਹੈ ਕਸੀਦਾਕਾਰੀ ਕਿਹਨੂੰ ਕਿਹਾ ਜਾਂਦਾ ਹੈ ਕਸੀਦਾਕਾਰੀ ਮੈਮ ਜੋ ਜਿਹੜੇ ਚੁਣੀਆਂ ਪਰ ਜੋ ਵਰਕ ਹੁੰਦਾ ਹੈ ਜਾਂ ਜੋ ਕਢਾਈ ਹੁੰਦੀ ਹੈ ਉਸੇ ਨੂੰ ਕਸੀਦਾਕਾਰੀ ਕਿਹਾ ਜਾਂਦਾ ਹੈ ਆਈ ਥਿੰਕ ਓਕੇ ਥੈਂਕ ਯੂ ਓਕੇ ਤੇ ਮੈਮ ਮੈਂ ਇਹ ਪੁੱਛਣਾ ਸੀਗਾ ਕਿ ਤੁਸੀਂ ਹਿਮਾਚਲ ਤੋਂ ਹੋ ਹਿਮਾਚਲ ਤੇ ਪੰਜਾਬ 'ਚ ਪੰਜ ਡਿਫਰੈਂਸ ਦੱਸੋ ਹੈ ਜੀ ਵੀ ਜਿਹੜੇ ਤੁਹਾਨੂੰ ਪੰਜਾਬ 'ਚ ਆ ਕੇ ਦੇਖਣ ਨੂੰ ਮਿਲੇਗੀ ਹਿਮਾਚਲ ਦੇ ਵਿੱਚ ਜਾਂ ਉਹ ਚੀਜ਼ਾਂ ਸੀਗੀਆਂ ਜਾਂ ਇੱਥੇ ਪੰਜਾਬ 'ਚ ਨਹੀਂ ਜਾਂ ਪੰਜਾਬ ਤੋਂ ਚੀਜ਼ਾਂ ਜਾਂ ਹਿਮਾਚਲ 'ਚ ਨਹੀਂ ਆ ਉਹ ਕੀ ਡਿਫਰੈਂਸ ਸਰ ਐਕਚੁਅਲ ਹਿਮਾਚਲ ਦੀ ਤੋਂ ਮੈਂ ਬੇਟੀ ਹੂੰ ਅਬ ਜੋ ਨੂੰ ਹੂੰ ਵੋ ਪੰਜਾਬ ਕੀ ਹੂੰ ਔਰ ਮੁਝੇ ਪੰਜਾਬ ਕੇ ਸਾਥ ਬਹੁਤ ਜ਼ਿਆਦਾ ਪਿਆਰ ਹੈ ਔਰ ਮੈਂ ਕਲਚਰ ਨੂੰ ਸਿੱਖਣਾ ਚਾਹਤੀ ਹੂੰ ਬਟ ਜੋ ਡਿਫਰੈਂਸ ਹੈ ਜੈਸੇ ਪੰਜਾਬ ਕੀ ਲਾਈਫ ਬਹੁਤ ਫਾਸਟ ਹੈ ਬਹੁਤ ਐਡਵਾਂਸ ਹੈ ਔਰ ਜੋ ਹਿਮਾਚਲ ਕੀ ਲਾਈਫ ਹੈ ਥੋੜ੍ਹੀ ਉਸਕੋ ਮੈਂ ਖੁਦ ਇੱਕ ਬੈਕਵਰਡ ਪੇਜ ਸੇ ਬਿਲੋਂਗ ਕਰਤੀ ਹੂੰ ਕਾਮਨੈਸ ਹੈ ਉਹਦੇ ਵਿੱਚ ਜੀ ਕਾਮਨੈਸ ਮੀਨਸ ਇੱਥੇ ਵੀ ਜ਼ਿਆਦਾ ਐਡਵਾਂਸ ਹੈ ਉੱਥੇ ਦੀ ਥੋੜ੍ਹੀ ਜੀ ਉਹ ਥੋੜ੍ਹੀ ਬੈਕਵਰਡ ਆਪ ਹੋ ਸਕਦੇ ਹੋ ਔਰ ਪੋਲਿਊਸ਼ਨ ਫ੍ਰੀ ਯਹਾਂ ਪੇ ਪੋਲਿਊਸ਼ਨ ਬਹੁਤ ਜ਼ਿਆਦਾ ਹੈ ਵਹਾਂ ਆਪ ਜਾਓਗੇ ਤੋ ਪੀਸਫੁਲ ਬਹੁਤ ਹੈ ਯਹਾਂ ਪੇ ਫਾਸਟ ਭਾਗੇ ਜਾ ਰਹੇ ਹਨ ਸਭ ਲਾਈਫ ਭਾਗ ਰਹੀ ਹੈ ਨੋਇਸ ਪੋਲਿਊਸ਼ਨ ਜੀ ਬਹੁਤ ਜ਼ਿਆਦਾ ਪੋਲਿਊਸ਼ਨ ਹੈ ਨੋਇਸ ਪੋਲਿਊਸ਼ਨ ਵੀ ਬਹੁਤ ਹੈ ਗਰਮੀ ਬਹੁਤ ਹੈ ਜੁਬੀ ਹੈ ਮੇਰਾ ਮੇਨ ਫਰਕ ਆਹੀ ਹੈ ਜਿਹਦੇ ਕਰਕੇ ਸਪੈਸ਼ਲ ਆਪਾਂ ਘੁੰਮਣ ਜਾਂਦੇ ਹਾਂ ਹਿਮਾਚਲ ਸਾਰੇ ਹੈਨਾ ਮੇਨ ਗਰਮੀ ਪੰਜਾਬ ਦੇ ਵਿੱਚ एक्चुअली मैं हिमाचल से हूँ और आप कहाँ से हो हिमाचल से अच्छा आप हमीरपुर से हो ठीक है सो मेरे को मतलब हिमाचल से जैसे मैं यहाँ पर आई हूँ और मैंने अपना मॉडलिंग करियर स्टार्ट किया है और अभी मैं पंजाब में काम कर रही हूँ तो मुझे बहुत मुश्किल होता है पंजाबी लैंग्वेज समझना और यू नो उसे बोलना तो और भी बहुत ज़्यादा डिफिकल्ट है तो बट मैं सीख रही हूँ बिकॉज मैंने इस लाइन में अब स्टार्टअप करा है तो अब यहाँ पे रहती हूँ तो पंजाबी तो इट्स वेरी इंपॉर्टेंट तो मुझे ये पूछना है कि लाइक जैसे आप हिमाचल से यहाँ पे मैरिड हो ठीक है तो आपको क्या फील होता है क्या डिफरेंस जैसे इन्होंने आपसे पूछा मेरे मन में वही सेम आया कि क्या डिफरेंस लगा बट कितना मुश्किल था मैं मुझे मुश्किल बिल्कुल भी नहीं लगा यहाँ पे मतलब वही जो मैंने पहले बोल दी यहाँ पे कल से शुरू से ही प्यार था जब मतलब जैसे होश अपना संभालते नहीं तो जैसे हमारे हिमाचल में कल्चर बहुत डिफरेंट है और पंजाब का कल्चर बहुत डिफरेंट है तो हमने फैमिली में एडजस्ट करा और उसके बाद आप यहाँ पर इस प्लेटफॉर्म में जो मुझे लगता है कि हमारे हिमाचल से तो नहीं अलाउ करते इतने मतलब समझते नहीं है कुछ भी मैं मैंने आपको पहले बताया कि मैं एक बैकवर्ड बहुत बैकवर्ड विंड से हूँ हाँ और मेरे जैसे मेरा कोई ब्रदर भी नहीं है मैं हर वो काम करना चाहती हूँ कि मेरे माँ बाप को ये ना लगे कि उनके घर में बेटी ने जन्म लिया है या उनका कोई मुंडा नहीं है या कुछ मतलब कि आपको बहुत इजी रहा यहाँ पे एडजस्ट करना मेरी सपोर्टिव मैंने पहले बताया कि मेरी फैमिली बहुत सपोर्टिव है मुझे कभी लगा ही नहीं कि मैं हिमाचल से सो जो यहाँ पे बोला जाता है कि कल्चर 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 जैसे कि हिमाचल का कल्चर डिफरेंट है पंजाब का कल्चर डिफरेंट है तो आपको ऐसी फीलिंग नहीं आई आपको लगा कि पंजाब के लोग भी हमारे जैसे हिमाचल के लोग है वैसे ही और बहुत इजीली आपने एडजस्ट कर लिया थोड़े हिमाचली थोड़े भोले वाले और पंजाब के कैसे हैं और पंजाब के कैसे ਮੈਨੂੰ ਤਾਂ ਲੱਗਿਆ ਸੀ ਇਹ ਕੁੜੀ ਨੇ ਜਵਾਬ ਦੇਣਾ ਮੈਨੂੰ ਤਾਂ ਪੰਜਾਬ 'ਚ ਇੱਕੋ ਚੀਜ਼ ਲੱਗ ਜਾਵੇ ਸੋਹਣੀਆਂ ਕੁੜੀਆਂ ਹੈ ਨਾ ਚਲੋ ਜੀ ਨੈਕਸਟ ਹੈ ਸਾਡੀ ਤਨਵੀਰ ਕੌਰ ਧੰਨਵਾਦ
ਤੁਸੀਂ ਜਿਵੇਂ ਕਿਹਾ ਕਿ ਫੈਸ਼ਨ ਡਿਜ਼ਾਈਨਿੰਗ ਦੇ ਤੁਸੀਂ ਹੈ ਨਾ ਲੈਕਚਰ ਲੈ ਚੁੱਕੇ ਹੋ, ਵਾਟ ਇਜ਼ ਫੈਸ਼ਨ ਫੋਰ ਯੂ? ਥੋੜ੍ਹੇ ਲਈ ਫੈਸ਼ਨ ਕੀ ਆ, ਇੱਕ ਸਟੇਟਮੈਂਟ ਦੇ ਵਿੱਚ ਜੇ ਉਹਨੂੰ ਡਿਸਕ੍ਰਾਈਬ ਕਰੀਏ ਆਪਾਂ? ਸਰ ਫੈਸ਼ਨ ਬੇਸਿਕਲੀ ਹੁੰਦਾ ਕਿ ਜੋ ਅਸੀਂ ਪਾ ਲਿਆ ਅਤੇ ਲੋਕਾਂ ਨੇ ਸਾਨੂੰ ਫੋਲੋ ਕਰ ਲਿਆ ਉਹ ਫੈਸ਼ਨ ਆ। ਇਟਸ ਐਨੀਥਿੰਗ ਯੂ ਵੇਅਰ, ਜ਼ਰੂਰੀ ਨਹੀਂ ਕਿ ਕਿਸੇ ਨੇ ਅਗਰ ਕੋਈ ਚੀਜ਼ ਪਾਈ ਆ ਅਸੀਂ ਉਹਨੂੰ ਫੋਲੋ ਕਰ ਰਹੇ ਹਾਂ, ਦੈਟ ਇਜ਼ ਅ ਪਰਟੀਕੁਲਰ ਫੈਸ਼ਨ। ਜੋ ਤੁਸੀਂ ਪਾ ਲਿਆ ਤੁਹਾਡੇ ਵਾਸਤੇ ਫੈਸ਼ਨ ਆ। ਮੇਰਾ ਸਵਾਲ ਤੁਹਾਨੂੰ ਇਹ ਹੈ ਕਿ ਮੈਂ ਡੈਫੀਨੇਸ਼ਨ ਪੁੱਛਣਾ ਚਾਹੁੰਦੀ ਹਾਂ ਤੁਹਾਡੇ ਕੋਲੋਂ, ਮਾਂ ਦੀ ਅਤੇ ਸਾਸੂ ਮਾਂ ਦੀ, ਤੁਹਾਡੇ ਅਕੋਰਡਿੰਗ ਮਤਲਬ ਦੋਨਾਂ ਦੀ ਆਪਣੀ ਲਾਈਫ ਦੇ ਵਿੱਚ ਮਤਲਬ ਕੀ ਕੀ ਜਗ੍ਹਾ, ਮਤਲਬ ਤੁਹਾਡੀ ਕੀ ਫੀਲਿੰਗ ਹੈ, ਮਤਲਬ ਪਰਸਨਲੀ ਮੈਂ ਇਹ ਜਾਣਨਾ ਚਾਹੁੰਦੀ ਹਾਂ। ਮੈਮ ਐਕਚੁਲੀ ਅਗਰ ਮੈਂ ਆਪਣੇ ਮੰਮਾ ਦੀ ਗੱਲ ਕਰਾਂ, ਮਦਰ ਇੱਕ ਸਾਡੀ ਲਾਈਫ ਦੀ ਪਹਿਲੀ ਅਤੇ ਆਖਰੀ ਬੈਸਟ ਫਰੈਂਡ ਹੁੰਦੀ ਆ, ਜਿਹਦੇ ਨਾਲ ਅਸੀਂ ਹਰ ਗੱਲ ਸ਼ੇਅਰ ਕਰ ਸਕਦੇ ਹਾਂ। ਬਿਕੋਜ਼ ਉਹਦੇ ਨਾਲ ਸਾਡਾ ਰਿਲੇਸ਼ਨ ਇੰਨਾ ਪੁਰਾਣਾ, ਪਹਿਲਾਂ ਉਹਨੇ 9 ਮਹੀਨੇ ਸਾਨੂੰ ਆਪਦੀ ਕੋਖ 'ਚ ਰੱਖਿਆ, ਐਂਡ ਆਫਟਰਵਰਡ ਜਦੋਂ ਅਸੀਂ ਜੰਮੇ ਉਸ ਤੋਂ ਬਾਅਦ ਤਾਂ ਸਾਰਿਆਂ ਨਾਲ ਰਿਲੇਸ਼ਨ ਆ, ਬਟ ਮਾਂ ਨਾਲ 9 ਮਹੀਨੇ ਜ਼ਿਆਦਾ ਹੁੰਦਾ ਬੱਚੇ ਦਾ। ਨਾਲੇ ਆਫਟਰਵਰਡਸ ਅਗਰ ਸਾਸੂ ਮਾਂ ਦੀ ਗੱਲ ਕਰਾਂ, ਆਈ ਡੋਂਟ ਹੈਵ ਮਦਰ ਇਨ ਲਾਅ, ਬਟ ਸਟਿਲ ਮੈਨੂੰ ਉਹਨਾਂ ਦੀ ਕਮੀ ਖਲਦੀ ਆ। ਬਿਕੋਜ਼ ਜਦੋਂ ਮੈਂ ਦੂਸਰੀ ਕੁੜੀਆਂ ਨੂੰ ਦੇਖਦੀ ਹਾਂ ਜੀ ਆਪਣੀ ਮਦਰ ਇਨ ਲਾਅ ਦੇ ਨਾਲ ਸ਼ੋਪਿੰਗ ਕਰਨ ਜਾ ਰਹੇ ਆ, ਕਿਸੇ ਫੰਕਸ਼ਨ 'ਤੇ ਜਾ ਰਿਹਾ, ਓਬਵੀਅਸਲੀ ਮੈਨੂੰ ਹੁੰਦਾ ਯਾਰ ਮੇਰੀ ਕੰਪਨੀ ਮਿਸਿੰਗ ਹੈ, ਸੋ ਆਈ ਬੇਸਿਕਲੀ ਮਿਸ ਦੈਟ ਅਲੋਟ। ਬਟ ਸਟਿਲ ਅਗਰ ਮੇਰੇ ਮਦਰ ਇਨ ਲਾਅ ਆਉਂਦੇ, ਆਈ ਵੁੱਡ ਸੇ ਨੋ ਡਾਊਟ ਮੈਂ ਉਹਨਾਂ ਦੀ ਕੋਪ ਤੋਂ ਨਹੀਂ ਜੰਮੀ, ਬਟ ਸ਼ੀ ਇਜ਼ ਮਾਈ ਸੈਕਿੰਡ ਮਦਰ ਐਂਡ ਸ਼ੀ ਇਜ਼ ਅ ਗਿਫਟ ਟੂ ਮੀ। ਮਦਰ ਇਨ ਲਾਅ ਬਾਰੇ ਤੁਹਾਨੂੰ ਮੈਂ ਦੱਸ ਦਿੰਦੀ ਹਾਂ, ਮੈਂ ਵੀ ਮੈਰਿਡ ਹਾਂ, ਔਰ ਜੇ ਮੈਂ ਅੱਜ ਇੱਥੇ ਬੈਠੀ ਹਾਂ ਇਸ ਚੇਅਰ ਦੇ ਉੱਤੇ, ਤਾਂ ਕਿਤੇ ਨਾ ਕਿਤੇ ਇਹਦੇ ਪਿੱਛੇ ਮੇਰੇ ਮਦਰ ਇਨ ਲਾਅ ਦਾ ਹੱਥ ਹੈ। ਅਤੇ ਜੇ ਅੱਜ ਇੱਥੇ ਇੰਡੀਆ 'ਚ ਹੋ, ਵੈਸੇ ਕੈਨੇਡਾ ਨੇ, ਜੇ ਇੰਡੀਆ 'ਚ ਹੁੰਦੇ ਜ਼ਰੂਰ ਮੇਰੇ ਨਾਲ ਆਉਂਦੇ। ਲਾਸਟ ਈਅਰ ਉਹਨਾਂ ਨੇ ਮੇਰੇ ਨਾਲ ਬਹੁਤ ਤਿਆਰੀ ਕਰਵਾਈ ਸੀ, ਮਤਲਬ ਮੈਨੂੰ ਮੇਰੇ ਮਤਲਬ ਜਿੱਦਣ ਦੇ ਪਿੱਛੇ ਸਭ ਤੋਂ ਜ਼ਿਆਦਾ ਮੇਨ ਰੋਲ ਮਤਲਬ ਪੰਜਾਬੀ ਕਲਚਰ ਦੀ ਤਿਆਰੀ ਜਾਂ ਸਭ ਕੁਛ, ਮਤਲਬ ਉਹ ਇੱਕ ਇੱਦਾਂ ਦੀ ਮਾਂ ਹੈ, ਜਨਮ ਤਾਂ ਨਾ ਦਿੰਦੀ ਪਰ ਆਪਣੇ ਮੁੰਡੇ ਤੋਂ ਵੱਧ ਕੇ ਆਪਣੀ ਨੂੰਹ ਨੂੰ ਪਿਆਰ ਕਰਦੀ ਹੈ, ਕਿਉਂਕਿ ਉਹਦੇ ਹੀ ਮਤਲਬ ਜਿਹਨੂੰ ਆਪਣੇ ਬੱਚੇ ਨੂੰ ਇੰਨਾ ਜ਼ਿਆਦਾ ਪਿਆਰ ਕਰਦੀ ਹੈ, ਅੱਗੋਂ ਉਹਦੀ ਵਾਈਫ ਹੈ, ਉਹਦੀ ਲਾਈਫ ਪਾਰਟਨਰ ਹੈ, ਤਾਂ ਆਪਣੀ ਮਤਲਬ ਧੀਆਂ ਤੋਂ ਵੀ ਵੱਧ ਕੇ ਪਿਆਰ ਕਰਦੀ ਹੈ। ਬਟ ਆਵੇ ਕਿ ਲਾਈਕ ਆਈ ਡੋਂਟ ਹੈਵ ਮਦਰ ਇਨ ਲਾਅ, ਮਗਰ ਜਿਵੇਂ ਮੇਰੇ ਫਾਦਰ ਇਨ ਲਾਅ ਨੇ, ਉਹਨਾਂ ਨੇ ਉਹਨਾਂ ਦੀ ਕਮੀ ਪੂਰੀ ਕੀਤੀ ਹੋਈ ਹੈ। ਮਤਲਬ ਮੈਨੂੰ ਘਰੇ ਕਦੀ ਐਂ ਨਹੀਂ ਫੀਲ ਹੋਇਆ ਕਿ ਮੈਂ ਇਕੱਲੀ ਲੇਡੀ ਹਾਂ ਜਾਂ ਕੁਛ, ਆਈ ਐਮ ਕੁਕਿੰਗ, ਮੇਰੇ ਫਾਦਰ ਨੂੰ ਆ ਕੇ ਕਹਿੰਦੇ ਅੱਜ ਬੱਚੇ ਮੈਂ ਤੁਹਾਨੂੰ ਦੱਸਦਾ ਕਿਵੇਂ ਚੀਜ਼ ਬਣਨੀ ਆ, ਸੋ ਹੀ ਇਜ਼ ਰੀਅਲੀ ਕੋਆਪਰੇਟਿਵ ਵਿਦ ਮੀ। ਵੈਰੀ ਗੁੱਡ, ਥੈਂਕ ਯੂ।